ਵਾਲੀ ਕੌੜਾ ਖੂਬ ਅੱਗੇ ਵਾਲਾ ਬਣਿਆ ਨਾ ਰਾਜਾ ਲਈ। ਇਹ ਕਹਿੰਦੇ ਰੋਪੜ ਦੇ ਵਿੱਚੋਂ ਭੇਜਿਆ ਹੋਇਆ ਉਧਰ ਪਾਰ ਸਾਹਿਬ ਮੋਰ ਵਾਲਾ ਜਿਹੜਾ ਸਨਮਾਨ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਣਾ ਹੈ, ਆਪਣਾ ਸਨਮਾਨ ਜਿਹੜਾ ਹਾਸਲ ਕਰ ਲਵੇ। ਕਿਉਂਕਿ ਸਾਡਾ ਇੱਕ ਬੜਾ ਵਧੀਆ ਰਾਈਟਰ ਹੈ ਕਾਸਕੋ ਦੀ ਦੁਨੀਆ ਦਾ, ਜਿਹਨੇ ਬੜਾ ਕੁਝ ਦਿੱਤਾ ਸਾਡੀ ਖੇਡ ਨੂੰ, ਉਹਦੇ ਧੰਨਵਾਦ ਉਸ ਭਰਾ ਦਾ ਕਰਦੇ, ਬੜਾ ਸਤਿਕਾਰ ਹੈ ਉਹਦਾ, ਬੜਾ ਧਰਮ ਦੇ ਪਾਸ ਗੁਰੂ ਦਾ ਜਿਹੜਾ ਬੜਾ ਸਨਮਾਨ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ। ਪਹਿਲੀ ਵਾਰ ਪਾਰ ਦੇ ਲਈ ਬੰਦਾ ਕਹਿੰਦੇ ਤਿਆਰ ਹੈ, ਸਾਹਮਣੇ ਇੱਕ ਸੈਂਟਰ ਪਾਰ ਕਹਿੰਦੇ ਰੋਟੀ ਵਾਲੇ ਖੇਡ ਮੈਨੂੰ ਲੱਗੀ ਹੈ 2018 ਦਾ ਸਾਰੇ ਸਾਰੇ ਕਹਿੰਦੇ ਪੈਸਾ ਉਹਦੇ ਕਮਾਲ ਹੋਈ ਹੈ, ਪਹਿਲੀ ਵਾਰ ਉਹ ਮੁੰਡੇ ਦੇ ਨਾਲ ਇੱਕ ਵਾਰੀ ਧੰਨਵਾਦ ਕਰਦੇ ਹੈ ਸਾਡੇ ਸਾਰੇ ਸਤਿਕਾਰ ਦੇ ਮਾਨਯੋਗ ਭਰਾਵਾਂ ਦਾ, ਕਿਉਂਕਿ ਅੱਜ ਕਹਿੰਦੇ ਪੂਨਾ ਦੀ ਧਰਤੀ ਹੈ। ਜਿੱਥੇ ਸਤਵਾਂ ਦਾ ਸੁਖਦੇਵ ਸਿੰਘ ਦੀ ਧਰਤੀ ਤੋਂ ਇਹ ਕਹਿੰਦੇ ਪੁੱਛ ਆਇਆ ਮੇਰੇ ਵੀਰੋ, ਪੰਜਾਬ ਦੇ ਵੱਡੇ ਵੱਡੇ ਕੱਪਾਂ ਦੀ ਕਹਿੰਦੇ ਸ਼ਾਨ ਹੈ, ਪਰ ਮੁੰਡੇ ਨੇ ਕਹਿੰਦੇ ਤਮਾਮ ਪ੍ਰਗਤੀ ਹੈ ਪਾਰਸਲ ਵਾਲਾ ਸੱਤੀ, ਉਹਦੀ ਵੀ ਯਾਰੀ ਦੁਨੀਆਂ ਦੇ ਮਹਾਨ ਯੋਧਿਆਂ ਦੇ ਨਾਲ ਹੈ, ਪਰ ਸਾਹਮਣੇ ਤੈਕੀ ਦਾ ਯਾਰ ਹੈ ਇੱਕ ਪਾਸੇ ਲਾਕਿਆਂ ਦੇ ਸਾਹਮਣੇ ਸਿੰਘ ਜੋੜ ਦਿੱਤਾ ਹੈ। ਆ ਮੁੰਡੇ ਨੇ ਕਹਿੰਦਾ ਪੋਸਟ ਪੜੀ, ਉਹਦੇ ਨੇ ਲਿਖਿਆ ਸੀ ਕਿ 21 ਵਾਸ਼ਿੰਗ ਮਸ਼ੀਨਾਂ ਦਿੱਤੀ ਹੈ, ਪਰ ਮੇਰੇ ਹਿਸਾਬ ਨਾਲ ਇਹਨੇ 22.5 ਵਾਸ਼ਿੰਗ ਮਸ਼ੀਨਾਂ ਦਿੱਤੀ ਹੈ, ਕਿਉਂਕਿ ਇੱਕ ਧੌਲੇ ਵਿੱਚੋਂ ਅੱਧੋ ਅੱਧੀ ਹੋਈ ਹੈ, 3 ਮੋਟਰਸਾਈਕਲ ਦਿੱਤੇ ਹੋਏ ਹੈ, ਨਾ ਪਟਾ ਕੋਗਰੇ ਵਾਲੇ ਚੱਟਰੋਂ ਦੁਨੀਆਂ ਜਾਣਦੀ ਹੈ। ਇੱਕ ਦਿਨ ਬਾਈ ਕਹਿੰਦਾ ਬਾਈ ਉਹ ਬੰਦਾ ਵਾਪਸੀ ਕਰ ਗਿਆ, ਮੈਂ ਕਿਹਾ ਮੈਨੂੰ ਨੀ ਦੱਸਣ ਦੀ ਲੋੜ, ਜਿੱਥੇ ਵਾਪਸੀ ਕਰ ਗਿਆ ਲੋਕਾਂ ਨੂੰ ਆਪ ਹੀ ਪਤਾ ਲੱਗ ਜਾਣਾ ਕਿ ਮਾਲ ਵਾਪਸ ਆ ਗਿਆ। ਅੱਜ ਪੋਸਟਾਂ ਪੈਣੀਆਂ ਚਾਹੀਦੀਆਂ, ਪਾਲ ਪੈ ਗਈ ਹੈ ਕਮਾਲ, ਬਾਹਰ ਕਹਿੰਦੇ ਕੋਟਲੇ ਵਾਲਾ, ਬਾਹਰ ਕਹਿੰਦੇ ਕੋਟਲੇ ਵਾਲਾ, ਅੱਜ ਪੋਸਟਾਂ ਪੈਣਗੀਆਂ। ਪੰਜ ਵਾਲਾਂ ਦੇ ਉੱਪਰ ਹੋਣੇ ਨੋਟ ਕਰਿਓ, ਪੰਜ ਵਾਲਾਂ ਦੇ ਉੱਪਰ ਹੋਣੇ ਹੈ। ਅੱਜ ਪੰਨਾ ਸਾਡ ਵਾਲੇ ਚੱਗੇ ਦਾ ਵੀ ਪੰਨਾ ਧੰਨਵਾਦ ਹੈ, ਕਿਉਂਕਿ ਵੱਡੀ ਬਾਜ ਕਮਾਲ, ਬਾਕੀ ਦਾ ਦੁਸ਼ਮਣ ਹੈ ਇਸਤਮਾਲ। ਪੰਜ ਵਾਲਾਂ ਦੇ ਉੱਪਰ 2 ਵਾਈਡ ਵਧੀਆ ਨੌਜਵਾਨ ਦਾ ਰਾਜੂ ਕਹਿੰਦੇ ਫਿਰ ਪਿਆਰ ਹੈ ਮੇਰੇ ਵੀਰੇ, ਇੱਕ ਪੱਟਾ ਵੀ ਲੈ ਲਓ ਸਾਹਮਣੇ ਕੋਕਰੇ ਵਾਲਾ, ਕਹਿੰਦੇ ਮਾਲ ਵੀ ਫਸ ਲਿਆ, ਉਹ ਦੇਖ ਬਾਬਾ ਖਲਾਰ ਦਿੱਤੀ ਹੈ, ਬਾਬਾ ਖਲਾਰ ਦਿੱਤੀ ਹੈ, ਇੱਥੇ ਦੇ ਪਾਣੀਆਂ ਚ ਲੋਕ ਲਾਉਂਦੇ ਤਾਰੀਆਂ, ਪਾਣੀ ਸਾਡੇ ਪੀਤੇ ਹੋਏ ਹੈ, ਸਿਰ ਕੱਟਵੇਂ ਰਿਕਾਰਡ ਪੈਦਾ ਕੀਤੇ ਹੋਏ ਹੈ, ਸਿਰ ਕੱਟਵੇਂ ਰਿਕਾਰਡ ਪੈਦਾ ਕੀਤੇ ਹੋਏ ਹੈ। ਅੱਜ ਕਹਿੰਦੇ 2 ਰਾਈਟਰ ਆਏ ਹੈ, ਇੱਕ ਪਾਰਸ ਮੂਮ ਗਹਿਲ ਵਾਲਾ, ਇੱਕ ਕਹਿੰਦੇ ਸਵਰਾਜ ਤੇ ਇੱਕ ਸਮਾਜ ਵਾਲਾ ਫੂਟਾ, ਇਹਦਾ ਕਹਿੰਦੇ ਪਾਰਸ ਇੱਕ ਗਾਣਾ ਬੜਾ ਪ੍ਰਸਿੱਧ ਹੈ ਸੀ, ਮੈਨੂੰ ਯਾਦ ਹੈ ਕਿ ਸੱਸ ਸਹੁਰਾ ਲੱਗਦਾ ਤੋਂ ਮਿਲਦਾ ਪਿਆਰ ਬਥੇਰਾ ਵੇ, ਮਾਹੀ ਮਿਲ ਸ਼ਰਾਬੀ ਗਿਆ ਤਾਲੀ ਭੁੱਲਦਾ ਚੇਤਾ ਤੇਰਾ ਵੇ, ਕੀ ਕਰਨਾ ਹਜ਼ਾਰੀਆਂ ਨਾਲ ਕੁਝ ਜੱਗ ਤੋਂ ਪਰਦੇ ਤੈਨੂੰ ਦੱਸ ਗਈ ਹੈ ਆਕਾਰ ਵੇ। ਪੰਜ ਵਾਲਾਂ ਦਾ ਹੋ ਰਿਹਾ ਵੀਰੇ, ਪੰਜ ਵਾਲਾਂ ਸੌਖੀ ਵਸਦੀ ਹੈ ਕਿ ਗਹਿਣੇ ਵੇਖ ਕੇ ਕਹਿਤਾ ਕਿ ਮੈਂ ਸੌਖੀ ਵਸਦੀ ਹੈ। ਆਹ ਸਾਹਮਣੇ ਆ ਮੁੰਡਾ ਲੁਧਿਆਣੇ ਸ਼ਹਿਰ ਤੋਂ ਆਇਆ, ਇਹਨੇ ਕਹਿੰਦੇ ਆਪਾਂ ਆਪਣੇ ਜਾਖਲਾ ਦੇ ਵਿੱਚ ਫੜਦਾ ਤਾਂ ਪੰਜਾਬ ਦੇ ਹੱਥ ਹਰਿਆਣੇ ਚ ਉੱਥੋਂ ਵਾਸ਼ਿੰਗ ਮਸ਼ੀਨ ਬਣੀ ਹੈ, ਪਰ ਮੁੰਡਾ ਕਹਿੰਦੇ ਨਿਊਜ਼ੀਲੈਂਡ ਤੋਂ ਥੋੜੇ ਦਿਨ ਪਹਿਲਾਂ ਵਾਪਸੀ ਕੀਤੀ ਹੈ, ਇਹਦਾ ਨਾਮ ਇਹਦੇ ਦੁਨੀਆ ਭਰ ਦੇ ਵਿੱਚ ਆ ਮੇਰੇ ਵੀਰੇ, ਨੰਬਰਦਾਰ ਹੈਗੀ ਲੁਧਿਆਣੇ ਵਾਲਾ, ਇਹਦੂ ਬਾਅਦ ਚ ਆਊਗਾ।
ਸਕੋਰ ਕੀ ਹੋ ਗਿਆ ਕਵਰਾ ਕੀ ਹੋ ਗਿਆ ਇੱਕ ਓਵਰ ਤੋਂ ਬਾਅਦ 13 ਸਕੋਰ ਹੈ ਨਾ ਮਾ ਜਾਣਾ ਯਾਰ ਮਾ ਡਿਊਟੀ ਤੇ ਜਾਂਦਾ ਇਹ ਲਿਆ ਤੱਕ ਸਾਹਮਣੇ ਮੁਕਾਬਲਾ ਕਹਿੰਦੇ ਤਗੜਾ ਤੇ ਸਿਰੇ ਦਾ ਬਾਲ ਕਹਿੰਦੇ ਕਮਾਲ ਦੀ ਕਰ ਦਿੱਤੀ ਹੈ ਕਮਾਲ ਕਮਾਲ ਹੀ ਹੋ ਗਈ ਹੈ ਇਹ ਤਿੱਤੀ ਹੈ ਵੀ ਕੈਚ ਦੇਖੋ ਜਿਹੜੀ ਸਾਹਮਣੇ ਨੋਵਾ ਦੇ ਨਾਲ ਕਾਰ ਖੜੀ ਹੈ ਮੇਰੀ ਬੇਨਤੀ ਹੈ ਸਰਦਾਰ ਜੀ ਤੁਹਾਡੇ ਪਿੱਛੇ ਦੇਖੋ ਮੇਰੀ ਬੇਨਤੀ ਹੈ ਜਿਹਦੀ ਉਹਦੇ ਸਾਈਡ ਤੇ ਕਰ ਦੇ ਇਹ ਨਹੀਂ ਉਹ ਦੂਜੀ ਹਾਂ ਉਹ ਵਾਲੀ ਸਿੱਧ ਦੂਜੀ ਇੱਧਰ ਨਹੀਂ ਆਈ ਟਵੰਟੀ ਲੱਗਦੀ ਮੈਨੂੰ ਉਹ ਵਾਲੀ ਹਾਂ ਸਿੱਧੇ ਕਈ ਬੜਾ ਬਰਾਬਰ ਲਓ ਸਾਹਮਣੇ ਅਗਲੀ ਵਾਰ ਪਾਉਣ ਦੇ ਲਈ ਬੰਦਾ ਕਹਿੰਦੇ ਫੇਰ ਤਿਆਰ ਹੈ ਮੈਚ ਕਹਿੰਦੇ ਤਗੜਾ ਤੇ ਹਾਂ ਹੈ ਸਿੱਧੀ ਹੋਈ ਨੋਵਾ ਦੇ ਉਸਲੇ ਪਾਸੇ ਵਾਲੀ ਛੋਟੀ ਕਰ ਥੋੜੀ ਸਾਈਡ ਤੇ ਕਰ ਦੋ ਵੀ ਸਕੋਰ ਕਰਦੀ ਹੈ ਅਗਲੀ ਵਾਰ ਪਾਉਣ ਦੇ ਲਈ ਟਿੱਡੀ ਫੇਰ ਆ ਗਿਆ ਸਾਹਮਣੇ ਕਹਿੰਦੇ ਨੰਬਰਦਾਰ ਹੈ ਇਹਦਾ ਵੀ ਕੋਲੜਾ ਪਿੰਡ ਹੈ ਇਹ ਵੀ ਕਿਸੇ ਗੱਲ ਨਹੀਂ ਆਉਂਦਾ ਹੈ ਇਹ ਵੀ ਕਦੇ ਕਿਸੇ ਗੱਲ ਨਹੀਂ ਆਉਂਦਾ ਹੈ ਪਰ ਇਹਨੇ ਕਹਿੰਦੇ ਇੱਕ ਜਿਹੜਾ ਮੁੰਡੇ ਨੇ ਕਹਿੰਦੇ ਜੋੜ ਦਿੱਤਾ ਹੈ ਅੱਜ ਕੋਲੜਾ ਵੀ ਆਈ ਪਲੌਂਗੀ ਵੀ ਆਈ ਹੈ ਤੇ ਕੱਲ ਨੂੰ ਦੋਨਾਂ ਦੀ ਫੋਕਰ ਖੇਡਣਾ ਖੇਡੂ ਹੋ ਜਿਹੜੀ ਹਰ ਕੇ ਜਾਓ ਦੂਜੀ ਵੀ ਜਿੱਤ ਗਈ ਉਹਨੂੰ ਕੱਲ ਨੂੰ ਇੱਥੇ ਹੀ ਲੋਹਾ ਬਣਵਾਉਣਾ ਪੈਣਾ ਹੈ ਜਿਹੜੀ ਜਿੱਤ ਗਈ ਉਹਨੂੰ ਇੱਥੇ ਹੀ ਲੋਹਾ ਬਣਵਾਉਣਾ ਪੈਣਾ ਹੈ ਪਰ ਸਾਹਮਣੇ ਅਗਲੀ ਵਾਰ ਪਾਉਣ ਲਈ ਮੁੰਡਾ ਕਹਿੰਦੇ ਫੇਰ ਤਿਆਰ ਹੈ ਨੰਬਰਦਾਰਾ 41,000 ਹੈ ਤੇ ਮੈਨੂੰ ਲੱਗਦਾ ਬੈਸਟ ਨੂੰ 15 ਹੈ ਬੈਸਟ ਨੂੰ 15 ਹੈ ਤੇ 41 ਹੈ ਦੇਖ ਲਾ ਬਾਟਾ ਦੂਰ ਦਿਆਂ ਨੇ ਪਾਰ ਪੈ ਗਈ ਹੀ ਪਹਿਲੀ ਬੈਟਿੰਗ ਹੈ ਵੀਰੇ ਗੋਡੇ ਦੀ 19 ਤਰੀਕ ਬੁੱਕਰਾਂ ਦੇ ਵਿੱਚ ਝੋਟੀ ਲੜ ਪੈਣਾ ਪਰ ਫੇਰ ਪਰ ਆ ਕਹਿੰਦੇ ਨੰਬਰਦਾਰ ਦੂਜੀ ਲੈ ਜੋ ਕਹਿੰਦੇ ਗੱਡੀ ਵਾਪਸ ਆਇਆ ਲੁਧਿਆਣੇ ਵਾਲਾ ਕਰਕੇ ਜਵਾਨ ਤੇ ਜਵਾਨੇ ਯਾਰ ਪੁੱਛਦੇ ਕੰਮ ਕਰਨ ਵਾਲਾ ਹੋਵੇ ਐਵੇਂ ਲਾਰਾ ਨਹੀਂ ਉਹ ਲਾਈਦਾ ਜਾਣ ਤੋਂ ਪਿਆਰੇ ਸੱਜਣਾ ਨੂੰ ਮਣੀ ਪਿੰਡ ਤੋਂ ਵਸਾਈਦਾ ਜਾਣ ਤੋਂ ਪਿਆਰੇ ਸੱਜਣਾ ਨੂੰ ਕਮਾਲ ਹੀ ਕਰੀਏ ਨਾ ਉਹ ਸਾਹਮਣੇ ਮੁਕਾਬਲਾ ਕਰਦੇ ਤਗੜਾ ਬੱਬੂ ਆ ਗਿਆ ਮੈਨੂੰ ਲੱਗਦਾ ਦੇਖਣ ਯੋਗ ਹੈ ਹੁਣ ਜਿੱਤੂ ਕੌਣ ਹਾਰੂ ਫੈਸਲੇ ਅਧੂਰੇ ਰਹਿਣਗੇ ਕੌਣ ਜਿੱਤੂ ਕੌਣ ਹਾਰੂ ਰੱਬ ਜਾਣਦਾ ਹੈ ਲੋਕੀ ਸਿਰਫ ਅੰਦਾਜ਼ੇ ਲਾ ਸਕਦੇ ਹੈ ਸਿਰਫ ਪਰਮਾਤਮਾ ਨੂੰ ਪਤਾ ਕੀ ਜੇ ਜਿੱਤਾ ਲੋਕ ਸਿਰਫ ਅੰਦਾਜ਼ੇ ਲਾ ਸਕਦੇ ਹੈ ਬਲ ਫੇਰ ਉਹ ਪੱਲੇ 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 ਹਨ ਚੌਕਾ ਸੋਨੂੰ ਕਹਿੰਦਾ ਹੈਰੀ ਯੂਐਸਏ ਵਾਲਾ ਕਹਿੰਦਾ ਕੋਲਡੇ ਵਾਲਾ ਜਿਹੜਾ ਵੀ ਲਗਾਤਾਰ ਤੇ ਨਿਸ਼ੰਕੇ ਮਾਰਦੇ 11 ਦੇ ਦਿਆਂਗੇ ਕੋਲਡੇ ਵਾਲਾ ਕੋਈ ਵੀ ਲਗਾਤਾਰ ਤੇ ਨਿਸ਼ੰਕੇ ਮਾਰਦੇ 11 ਦੇ ਦਿਆਂਗੇ ਉੱਥੇ ਗਏ ਨੇ ਹੈਵਨ ਵੀ ਹੋ ਗਏ ਹੈਵਨ ਕਹਿੰਦਾ ਵੀ ਹੋ ਗਏ ਉਹਦਾ ਵੀ ਨਾਮ ਕਹਿੰਦੇ ਦੁਨੀਆ ਵਿੱਚ ਜਿਹਦਾ ਕਹਿੰਦੇ 16 ਤਰੀਕ ਨੂੰ ਬੱਸੀਆਂ ਦੇ ਵੱਡੇ ਖੇਡਣ ਦੇ ਵੱਡਾ ਸਨਮਾਨ ਕਹਿੰਦੇ ਕੀਤਾ ਜਾਣਾ ਹੈ ਤੇ ਭਰਥਲੇ ਦਾ 5 ਤਰੀਕ ਨੂੰ ਸਨਮਾਨ ਤੇ ਇੱਕ ਕਹਿੰਦੇ 17 ਨੂੰ ਸਨਮਾਨ ਦੋ ਸਨਮਾਨ ਮਾਰਚ ਦੇ ਵਿੱਚ ਭਰਤ ਦੇ ਬੜੇ ਗੁਰੂ ਦੇ ਕੀਤੇ ਜਾਂਦੇ ਆ
ਇਹਦੇ ਸਮੇਂ ਦਾ ਮਹਾਨ ਯੋਧਾ ਤੇ ਉਹਦੀਆਂ ਵੀ ਗੱਲਾਂ ਕਹਿੰਦੇ ਹੁੰਦੀਆਂ ਨੇ ਅੱਜ ਪਹੁੰਚਿਆ ਮਾਛੀ ਵਾਲੇ ਸਾਹਿਬ ਏਰੀਏ ਦੇ ਵਿੱਚੋਂ ਇਹਨੇ ਵੀ ਕਹਿੰਦੇ ਕੁਝ ਦਿਨ ਪਹਿਲਾਂ ਇੱਕ ਵੱਡੀ ਸੀਰੀ ਜਿੱਤ ਲਈ ਹੈ ਇਹਨੇ ਵੀ ਕੁਝ ਦਿਨ ਪਹਿਲਾਂ ਇੱਕ ਵੱਡੀ ਸੀਰੀ ਜਿਹੜੀ ਕਹਿੰਦੇ ਜਿੱਤ ਲਈ ਹੈ ਪਰ ਸਾਹਮਣੇ ਮੁੰਡਾ ਕਹਿੰਦੇ ਫੇਰ ਵਾਲਾ ਭਾ ਰਿਹਾ ਪਰ ਉਹ ਪਹਿਲਾਂ ਕਹਿੰਦੇ ਸਾਹਮਣੇ ਕਿ ਪਰਸੋਂ ਦੀ ਨਾਈ ਕਾਂਜ ਵਿੱਚ ਕਿੱਥੇ ਦਾ ਪੈ ਗਈ ਨੀ ਸੁਪਨਾ ਹੋ ਗਈ ਪਾਲੀਏ ਮੈਨੂੰ ਹੀ ਰਹਿ ਗਈ ਨੀ ਸੁਪਨਾ ਹੋ ਗਈ ਪਾਲੀਏ ਮੈਨੂੰ ਹੀ ਰਹਿ ਗਈ ਨੀ ਆਹ ਸਾਹਮਣੇ ਅਗਲੀ ਵਾਰ ਸਰਦਾਰ ਪੰਗ ਲਈ ਫੇਰ ਤਿਆਰ ਹੈ ਪਰ ਸਾਹਮਣੇ ਕੋਟੜੇ ਵਾਲਿਆ ਬੜੀ ਦੂਰੋਂ ਆਏ ਹੈ ਕੋਟੜੇ ਵਾਲਾ ਬੜੀ ਦੂਰੋਂ ਆਏ ਹੈ ਪਰ ਮੁੰਡਾ ਸਾਹਮਣੇ ਵਾਲ ਪੰਗ ਲਈ ਕਹਿੰਦੇ ਫੇਰ ਵਾਪਸ ਆ ਗਿਆ ਮੈਂ ਕਹਿੰਦੇ ਤਕੜਾ ਹੈ ਵਾਲ ਸੋਹਣੀ ਹੈ ਮੁੰਡਾ ਭੱਜਦਾ ਹੈ ਪਰ ਅੱਜ ਕਹਿੰਦੇ ਸਿੰਘ ਜਿਹੜਾ ਜੋਰ ਦਿੱਤਾ ਹੈ ਪੰਜ ਪੰਜ ਵਾਲ ਦੇ ਪੰਜ ਹੋਣਗੇ ਧੰਨਵਾਦ ਵੀਰੇ ਹੈਰੀ ਜਸ ਪਨਰੋਖਾਂ ਦੇ ਲਈ ਹੈਰੀ ਯੂ ਐਸ ਏ ਲਾਈਵ ਤੋਂ ਖੁਸ਼ ਹੋ ਕੇ ਵੱਡੇ ਮਾਨ ਪਾਉਂਦੇ ਕਰ ਗਿਆ 500 ਦੇ ਹੈਰੀ ਹੈ ਕਹਿੰਦੇ ਯੂ ਐਸ ਏ ਵਿੱਚ ਬੈਠਾ ਅੱਜ ਮੈਨੂੰ ਲੱਗਦਾ ਨੋਟਾਂ ਦੀ ਮਸ਼ੀਨ ਲਈ ਬੈਠਾ ਹੋਣਾ ਛਾਪ ਛਾਪ ਕੇ ਦਈ ਜਾਂਦਾ ਸੋਨੂ ਨੂੰ ਹੈਰੀ ਯੂ ਐਸ ਏ ਵਾਲਾ 500 ਰੁਪਇਆ ਪਾਉਂਦਾ ਕਰ ਗਿਆ ਕਿ ਆਪ ਬਹਿ ਗਏ ਉਪਦੇਸ਼ ਜਾ ਕੇ ਕਿ ਕੱਢਣਾ ਰੁਮਾਲ ਦੇ ਗਏ ਆਪ ਬਹਿ ਗਏ ਉਪਦੇਸ਼ ਜਾ ਕੇ ਕਿ ਕੱਢਣਾ ਰੁਮਾਲ ਦੇ ਗਏ ਜਸ ਨੀ ਵੀ ਕਹਿੰਦੇ 500 ਦੇ ਵੱਡੇ ਮਾਇ ਦੇ ਗੱਫੇ ਆ ਗਏ ਹੈ ਉਧਰ ਹੈਰੀ ਸਾਡਾ ਵੀਰ ਹੈ ਔਰ ਸਾਹਮਣੇ ਸਰਦਾਰ ਕਹਿੰਦੇ ਫੇਰ ਪਿਆਰ ਹੈ ਨੌਜਵਾਨਾਂ ਛੱਕਾ ਇੱਕ ਮਾਰਨਾ ਪੈਣਾ ਇੱਕ ਛੱਕਾ ਮਾਰਨਾ ਪੈਣਾ ਮੈਨੂੰ ਲੱਗਦਾ ਇੱਕ ਛੱਕਾ ਮਾਰਨਾ ਪੈਣਾ ਪਰ ਕਮਾਲ ਦੀ ਵਾਲ ਕਹਿੰਦੇ ਭਾਜਦੀ ਹੈ ਉਹਨੇ ਬਾਲਾਂ ਵੀ ਕਹਿੰਦੇ ਚੜ ਚੜ ਕੇ ਤੇ ਪੈਂਦੀਆਂ ਨੇ ਬਾਲਾਂ ਵੀ ਚੜ ਚੜ ਕੇ ਦੇਖ ਬੜਾ ਕਮਾਲਾ ਸਾਰਾ ਕੜ ਕੜ ਕੇ ਕੌਣ ਮਾਰੂ ਛੱਕੇ ਕੌਣ ਪੱਟੂ ਦਿੱਤਾ ਮਿੱਤਰੋ ਨੱਚ ਨੱਚ ਕੇ ਜਿਹਦੀਆਂ ਦੌੜਿਆਂ ਦੇ ਵਿੱਚ ਜ਼ੋਰ ਮਿੱਤਰੋ ਤੇ ਜਾਣਾ ਜਿੱਤ ਕੇ ਆਹ ਸਾਹਮਣੇ ਕੌਣ ਜਿੱਤੋ ਮੁੰਡਾ ਵਾਲਾ ਖੇਡ ਮੇਲਾ ਕਾਲੂ 5:30 ਵਜੇ ਫੈਸਲੇ ਹੋ ਜਾਣੇ ਹੈ ਜਦੋਂ ਕਹਿੰਦੇ ਸੋਸ਼ਲ ਮੀਡੀਆ ਤੇ ਲੋਕਾਂ ਨੇ ਗੱਲਾਂ ਕੀਤੀਆਂ ਬਾਲ ਫੇਰ ਬਾਲ ਫੇਰ ਬਾਈ ਬਾਰੀ ਕਿਵੇਂ ਲੱਗੀ ਮੁੰਡਾ ਦੀ ਦੱਸੋ ਤਾੜੀ ਮਾਰ ਕੇ ਕਮਾਲ ਹੀ ਕਰ ਦਿੱਤੀ ਬਾਈਆਂ ਨੇ ਕਮਾਲ 30 ਹੋ ਗਏ ਲੈਮਣ ਕੇ ਦਾ 33 ਹੋ ਗਏ 15 ਵਾਲਾ 23 ਰਚੰਦ ਦੇ ਬਰਾਬਰ ਰਿਸ਼ੀ ਦਾ ਨੰਬਰ ਹੈਗਾ ਡੋਲ ਕਿਸੇ ਕੋਲ ਰਿਸ਼ੀ ਦਾ ਫੋਨ ਆ ਜਾਂਦਾ ਜੀ ਉਹਦੇ ਸੈਮੀ ਸੁਮੀ ਖੇਡੀ ਜਾਂਦੇ ਨੇ ਮੈਂ ਉਹਨੂੰ ਪਹਿਲੀ ਗੱਲ ਖੇਡਦੀ ਹਾਂ ਤੁਸੀਂ ਸਿੱਧਾ ਪੂਲ ਕਲੀਅਰ ਖੇਡੋਗੇ ਲੌਂਗੀ ਪੂਲ ਕਲੀਅਰ 'ਚ ਬਾਗੀ ਵੀਰੇ ਬਾਏ ਆ ਉਹਨਾਂ ਨੂੰ ਲਓ ਸਾਹਮਣੇ ਅਗਲਾ ਪਰ ਪਾਉਣ ਦੇ ਲਈ ਮੁੰਡਾ ਕਹਿੰਦੇ ਤਿਆਰ ਹੈ ਮੇਰੇ ਵੀਰੇ ਇੱਕ ਵੱਡਾ ਮੇਲਾ ਤੇ ਵੱਡੇ ਮੇਲੇ ਜੋ ਸੰਗਤ ਕਹਿੰਦੇ ਜਿਹੜੀ ਪੁੱਜੀ ਹੋਈ ਹੈ ਨਾ ਵੀ ਕਹਿੰਦੇ ਚਾਲਾ ਪੰਜਾਬ ਦੇ ਵੱਡੇ ਕੱਪਾਂ ਦੇ ਬਾਲ ਪੈ ਗਈ ਆ ਪਾਲਾ ਵੀ ਕਹਿੰਦੇ ਤੋੜ ਦਿੱਤਾ ਪਾਲਾ ਵੀ ਜਿਹੜਾ ਤੋੜ ਦਿੱਤਾ ਹੈ ਅਗਲਾ ਬਲ ਬਾਲ ਛੱਡੀ ਆ ਮੇਰੇ ਕੋਟੜੇ ਵਾਲਾ ਆ ਦੋ ਬੈਟਸਮੈਨ ਲਾਸਟ ਨਿੰਦੀ ਹਰਚੰਦਪੁਰੇ ਨੂੰ ਫੋਨ ਕਰਨਾ ਯਾਰ ਕੀ ਕਹਿੰਦਾ ਭਾਈ ਮੋਨੂ ਵੀ ਆਊਟ ਹੋ ਗਿਆ ਮਾਨ ਵੀ ਆਊਟ ਹੋ ਗਿਆ ਹਰਚੰਦਪੁਰਾ ਦੀ ਟੀਮਾਂ ਵਾਲੀ ਟੀਮਾਂ ਮੇਰੀ ਬੇਨਤੀ ਅਰਦਾਸ ਕਰ ਰਹੇ ਹਰਚੰਦਪੁਰਾ ਤੇ ਕੁੱਬਾ ਵਾਲੀ ਟੀਮਾਂ ਮੇਰੀ ਬੇਨਤੀ ਅਰਦਾਸ ਕਰ ਰਹੇ ਬਾਲ ਫੇਰ ਪੈ ਗਈ ਹੈ ਸ਼ੱਦੀ ਦਾ ਵੀ ਕਿੱਲਾ ਪੱਟ ਕੇ ਰੱਖਦਾ ਸ਼ੱਦੀ ਦਾ ਵੀ ਕਿੱਲਾ ਪੱਟ ਕੇ ਰੱਖ ਦਿੱਤਾ ਹੈ ਅਗਲਾ ਬੰਦੇ ਦਾ ਜਲਦੀ ਆ ਜਾਵੇ ਮੇਰੀ ਬੇਨਤੀ ਹੈ ਸਾਹਮਣੇ ਮੁਕਾਬਲਾ ਕਹਿੰਦੇ ਤਕੜਾ ਤੇ ਸਿਰੇ ਦਾ ਦੋਵੇਂ ਟੀਮਾਂ ਦਰਮਿਆਨ ਨਿਕਲ ਲਿਖਦਾ ਜਾ ਰਿਹਾ ਹੈ ਅਗਲੀ ਵਾਰ ਪਾਉਣ ਦੇ ਲਈ ਬੜਾ ਤਿਆਰ ਹੈ ਵੀ ਕੋਟੜੇ ਵਾਲਾ ਕੁਝ ਵੱਖਰਾ ਹੀ ਕਰਨਾ ਪੈਣਾ ਫਿਜ਼ੀਕਲ ਟਿਕਾਣੇ ਲੱਗਣੀ ਹੈ ਕੁਝ ਨਹੀਂ ਨਹੀਂ ਰਾਣਾ ਨਹੀਂ ਹੈਗਾ ਭਾਈ ਰਾਣਾ ਨਹੀਂ ਸਾਹਮਣੇ ਬਟ ਅਗਲੀ ਵਾਰ ਪਾਉਣ ਦੇ ਲਈ ਕਹਿੰਦੇ ਫੇਰ ਤਿਆਰ ਹੈ ਕੋਟੜੇ ਵਾਲਾ ਕਹਿੰਦੇ ਸਾਹਮਣੇ ਮੇਰੇ ਵੀਰੇ ਬਾਲ ਕਹਿੰਦੇ ਪੈ ਗਈ ਹੈ ਬਾਲ ਪੈ ਗਈ ਹੈ ਪਰ ਇੱਕ ਗੱਲ ਆ ਭੁੱਛੋ ਵਾਲਾ ਮੈਨੂੰ ਪਤਾ ਹੈ ਜੇ 30-35 ਬਣੇ ਨੇ ਤਾਂ ਜ਼ੋਰ ਨੇ ਫੇਰ ਲਾ ਦੇਣਾ ਹੈ ਜੇ 30-32 ਬਣੇ
ਹਰਚੰਦਪੁਰੇ ਟੀਮ ਆ ਜਾਵੇ ਉੱਪਾ ਵਾ ਥਾਪੀਆਂ ਮਾਰਦੇ ਕਹਿੰਦੇ ਸੱਤ ਮੁਸੀਬਤਾਂ ਵਾਲਾ ਕਿੱਥੇ ਹਰਚੰਦਪੁਰੇ ਵਾਲੇ ਉੱਪਾ ਵੀ ਇਹ ਥਾਪੀਆਂ ਮਾਰੀ ਜਾਂਦੇ ਕਹਿੰਦੇ ਸੱਤ ਕਿੱਥੇ ਆ ਹਰਚੰਦਪੁਰ ਵਾਲੇ ਮੇਰੀ ਪਿੰਡ ਦੀ ਹਰਚੰਦਪੁਰੇ ਟੀਮ ਜਿੱਥੇ ਆਵਾਜ਼ ਸੁਣਦੀ ਆ ਜਾਵੇ ਉੱਪਾ ਇਹ ਥਾਪੀਆਂ ਮਾਰੀ ਜਾਂਦੇ ਕਹਿੰਦੇ ਸੱਤੋ ਕਿੱਥੇ ਹੈ ਕਹਿੰਦੇ ਸੱਤੋ ਕਿੱਥੇ ਹੈ ਆਓ ਸਾਹਮਣੇ ਅਗਲੀ ਵਾਰ ਪਾਉਂਦੇ ਉਹਨਾਂ ਕਹਿੰਦੇ ਖੇਲ ਵਧੇਗਾ ਮੈਚ ਵੀ ਵਧੀਆ ਦੋਵੇਂ ਟੀਮਾਂ ਦਰਮਿਆਨ ਖਿਡਾਰੀ ਵੀ ਝੋਟੀ ਦੇ ਆਏ ਹੈ ਕੱਪ ਵੀ ਵੱਡਾ ਹੈ ਧਰਤੀ ਵੀ ਸੰਗਰੂਰ ਦੀ ਹੈ ਪਿੰਡ ਪੂਨਾ ਵਾਲ ਹੈ ਪਾਲ ਪੈ ਗਈ ਕਮਾਲ ਪਰ ਫਿਲਟਰ ਕਦੇ ਮੌਜੂਦ ਨਾ ਜਿਹੜਾ ਸਿੰਗਲ ਮੁੰਡੇ ਨੇ ਜੁੜ ਦਿੱਤਾ ਹੈ ਨਾ ਜਿਹੜਾ ਸਿੰਗਲ ਹੈਰੀ ਯੂਐਸਏ ਅੱਜ ਕਹਿੰਦੇ ਨੋਟਾਂ ਵਾਲੀ ਜਸ ਧੁੱਕੀ ਗੱਡੀ ਆਉਂਦਾ ਹੈ ਬਾਈ ਨੋਟਾਂ ਨੀ ਕਹਿੰਦੇ ਧੁੱਕੀ ਗੱਡੀ ਆਉਂਦਾ ਹੈ ਗੁਰੀ ਨਾਲ ਉਦਾਸ ਹੈ ਇਹਦਾ ਜਸ ਨੂੰ ਪਤਾ ਕਿਉਂ ਕਿ 500 ਜਸ ਨੂੰ ਮਿਲਿਆ ਮੇਰੀ ਬੇਨਤੀ ਹੈ ਸਕੋਰ ਦਾ ਦੇਖਾ ਜਾ 27 ਹੋ ਗਏ ਚਾਰ ਓਵਰ 27 ਹੋ ਗਏ ਲਾਸਟ ਓਵਰ ਕਵਰ ਕਰਾਈ ਹੋਵੇ ਵੀਰੇ ਚਾਰ ਓਵਰ ਹਰਚੰਦਪੁਰੇ ਦਾ ਵੱਡਾ ਮੈਚ ਹੋਣਾ ਹੈ ਨਾ ਉਸ ਸਾਹਮਣੇ ਅਗਲੀ ਵਾਰ ਪਾਉਂਦੀ ਵੱਡਾ ਫੇਰ ਤਿਆਰ ਹੈ ਮੇਰੇ ਵੀਰੇ ਕਿਉਂਕਿ ਚੋਟੀ ਦੇ ਖਿਡਾਰੀ ਤੇ ਚੋਟੀ ਦੀਆਂ ਟੀਮਾਂ ਚ ਕਹਿੰਦੇ ਉਸ ਧਰਨੀ ਵੀ ਆਈ ਹੈ ਜਿਹੜਾ ਨਾਮ ਕਹਿੰਦੇ ਪੰਜਾਬ ਦੇ ਵੱਡੇ ਕੱਪਾਂ ਲਈ ਚੱਲਦਾ ਹੈ ਆਓ ਸਾਹਮਣੇ ਅਗਲੀ ਵਾਰ ਪਾਉਣ ਲਈ ਵੱਡਾ ਦੇਖਾਂਗੇ ਫੇਰ ਵਾਧਾ ਮੇਰੇ ਵੀਰੇ ਉਦੋਂ ਸਾਹਮਣੇ ਕਮਾਲ ਦੀ ਬਾਲ ਜਿਹੜੀ ਕਰ ਦਿੱਤੀ ਹੈ ਕਮਾਲ ਦੀ ਬਾਲ ਜਿਹੜੀ ਕਰ ਦਿੱਤੀ ਹੈ ਐਨ ਕਹਿੰਦੇ ਕੱਲੀ ਕੱਲੀ ਬਾਲ ਜਿਹੜੀ ਕਮਾਲ ਜਿਵੇਂ ਭਰਦੇ ਨੇ ਪੰਛੀ ਖਿਡਾਰੀ ਅਸਮਾਨਾਂ ਵਿੱਚੋਂ ਵੀ ਭਰਦੇ ਨੇ ਖਿਡਾਰੀ ਖਿਡਾਰੀ ਮੈਦਾਨਾਂ ਵਿੱਚ ਅੱਜ ਪਰਖੇ ਜਾਣਗੇ ਚੌਰ ਜਵਾਨਾਂ ਵਿੱਚ ਸਾਰਿਆਂ ਦੇ ਸਾਹਮਣੇ ਕੌਣ ਚੰਨ ਵਾਂਗੂ ਚਮਕੂਗਾ ਜੋ ਤਾਰਿਆਂ ਦੇ ਸਾਹਮਣੇ ਕਿੰਨੇ ਕਹਿੰਦੇ ਬੱਲੇ ਬੱਲੇ ਕਰਵਾਉਣੀ ਦਾ ਫੈਸਲੇ ਅੱਜ ਹੀ ਹੋਣੇ ਹੈ ਪਰ ਸਾਹਮਣੇ ਕਮਾਲ ਦੀ ਬਾਅਦ ਲੁਧਿਆਣੇ ਵਾਲਾ ਕਹਿੰਦੇ ਕਿੰਨੀ ਸੋਹਣੀ ਫੀਲਿੰਗ ਅਪਣ ਕਰ ਗਿਆ ਜਦ ਜਿਹੜਾ ਸਿੰਗਲ ਮੁੰਡੇ ਨੇ ਜੋੜ ਦਿੱਤਾ ਹੈ ਰਵੀ ਨੌਜਵਾਨਾਂ ਕੋਟਲੇ ਵਾਲਾ ਜੋ ਕੁਝ ਵੱਖਰਾ ਕਰਨਾ ਪੈਣਾ ਹੈ ਇਹ ਟੀਮ ਕਹਿੰਦੇ ਰਾਮਪੁਰੇ ਫੂਲ ਦੇ ਏਰੀਏ ਚੋਂ ਆਈ ਹੈ ਤੇ ਦੂਜੇ ਪਾਸੇ ਟੀਮ ਕਹਿੰਦੇ ਇਸ ਏਰੀਏ ਦੀ ਕਿ ਆਪਣੇ ਗ੍ਰਾਹੀ ਕੋਲੋਂ ਹਾਲ ਪੁੱਛਾਂ ਪਿੰਡ ਦਾ ਮਰ ਜਾਣੇ ਮਾਨਾਂਗਾ ਪੰਜਾਬ ਜਾਂਦਾ ਖਿੰਡ ਦਾ ਕਦੇ ਕਿਸੇ ਰਾਵੀ ਕੋਲੋਂ ਵੱਖਰਾ ਚੁਣਾਵ ਹੋਵੇ ਆਪਣਾ ਪੰਜਾਬ ਹੋਵੇ ਆਪਣਾ ਪੰਜਾਬ ਹੋਵੇ ਪੰਜਾਬ ਦੀ ਧਰਤੀ ਮੇਰੇ ਵੀਰੇ ਸੂਰਬੀਰਾਂ ਤੇ ਯੋਧਿਆਂ ਦੀ ਧਰਤੀ ਹੈ ਜਿੱਥੇ ਅੱਜ ਕੱਲ੍ਹ ਰੌਣਕਾਂ ਲੱਗੀਆਂ ਹੈ ਰਿਸ਼ੀ ਮੁਨੀਆਂ ਦੀ ਧਰਤੀ ਆਓ ਅਗਲੀ ਵਾਰ ਪਾਉਂਦੇ ਬੰਦਾ ਕਹਿੰਦੇ ਫੇਰ ਤਿਆਰ ਹੈ ਕੋਟਲੇ ਵਾਲਿਆ ਕਮਾ ਮਾਰਨਾ ਹੀ ਪੈਣਾ ਜੇ ਟਾਰਗੇਟ ਨੂੰ ਸੈੱਟ ਕਰਨਾ ਹੈ ਪਰ ਭਾਈ ਬਾਲਾ ਕਮਾਲ ਦੀ ਕਰੀਅਰ ਦਾ ਬਾਈ ਬਾਲਾ ਕਹਿੰਦੇ ਕਮਾਲ ਦੀ ਕਰੀਅਰ ਪੱਚੀ ਵੱਲਾਂ 30 ਟਾਰਗੇਟ ਹੈ ਵੀਰੇ ਆਹ
ਮੇਰੀ ਬੇਨਤੀ ਹੈ ਟੀਮ ਆਪਾਂ ਜਲਦੀ ਲੈ ਸ਼ੁਰੂ ਕਰਵਾ ਦਈਏ ਟੀਮਾਂ ਨੂੰ ਮੇਰੀ ਬੇਨਤੀ ਹੈ ਪਹਿਲਾਂ ਉਹ ਪੁੱਛੋ ਕੀ ਨਹੀਂ ਕਰਨਾ ਕੋਰਟ ਦੇ ਬਾਅਦ ਮੈਨੂੰ ਲੱਗਦਾ ਹਰ ਕੇ ਹੀ ਫਿਰਦਾ ਹੈ ਗਰਮੀਆਂ ਦੋ ਤੱਕ ਲਾ ਦੋ ਦੋ ਕਰਾ ਦੋ ਪਿੱਛ ਜਿਹੜੇ ਪਿੱਛ ਦੇ ਸ਼ੌਂਕ ਕਰਦੇ ਨੇ ਆਹ ਦੋ ਹੀ ਨੇ ਜਿਹਨਾਂ ਨੇ ਉਹਲੇ ਸੂਰਜ ਆਉਣਾ ਏਦਾਂ ਕਰਕੇ ਪਿੱਛ ਦੇ ਸ਼ੌਂਕ ਲਾ ਪਹਿਲੀ ਵਾਰ ਪਾਉਣ ਦੇ ਲਈ ਬੰਦਾ ਕਹਿੰਦੇ ਤਿਆਰ ਹੈ ਮੇਰੇ ਵੀਰੇ ਪਹਿਲੀ ਵਾਰ ਪਾਉਣ ਦੇ ਲਈ ਬੰਦਾ ਕਹਿੰਦੇ ਤਿਆਰ ਹੈ ਭੁੱਚੋ ਦੀ ਧਰਤੀ ਦਾ ਰਣਜੀਤ ਸਿੰਘ ਬਲੇਕੀ ਇਹਦਾ ਨਾਮ ਕਹਿੰਦੇ ਪੰਜਾਬ ਦੇ ਪੱਟੇ ਗੱਪਾ ਤੇ ਗੋਜਾ ਤੇ ਗੱਡੀ ਦਾ ਕਹਿੰਦੇ ਜੇਤੂ ਆ ਮੋਟਰਸਾਈਕਲ ਮਾਰੂਗਾ ਬੜੇ ਗੋਪੀ ਨੇ ਦਿੱਤਾ ਹੈ ਪਹਿਲੀ ਵਾਰ ਕਹਿੰਦੇ ਕਮਾਲ ਵੀ ਕਰ ਦਿੱਤੀ ਹੈ ਭੁੱਚੋਆ ਥਾਪੀਆਂ ਵੀ ਕਹਿੰਦੇ ਬੜੀਆਂ ਮਾਰਦਾ ਹੈ ਤੇ ਫਲੈਂਕ ਹਿੱਸਾ ਵੀ ਕਰਦਾ ਹੈ ਭੁੱਚੋ ਵਾਲਿਆ ਸਵਾਦ ਪਾਇਆ ਨਾਟੀ ਨੂੰ ਥਾਪੀਆਂ ਵਾਲੀ ਸਵਾਦ ਪਾਏ ਚੜ ਵਾਲਾ ਪਾਉਂਦਾ ਕਿ ਫੈਂਸੀਆਂ ਪੀਪੀ ਜਾ ਕੇ ਜਿਹੜੇ ਖੜਦੇ ਲੋੜਾਂ ਤੇ ਪਸ ਪਲਸਤਰ ਲੱਗਿਆ ਸਭੀ ਸਭੇ ਚੋਰਾਂ ਤੇ ਕਰਕੇ ਬੰਦ ਦੁਕਾਨਾਂ ਕਾਜ ਪਾਣੀ ਸੜਕਦੀਆਂ ਅੱਜ ਮੁਕਲ ਕੇ ਤੇ ਨਹੀਂ ਦੇੜੇ ਦੇਖੀ ਡਾਂਗਾ ਖੜਕਦੀਆਂ ਕਮਾਲ ਗਿਆ ਵਾਲਾ ਰਣਜੀਤ ਸਿੰਘ ਬਲੇਕੀ ਕਹਿੰਦੇ ਭੁੱਚੋ ਦੀ ਧਰਤੀ ਦਾ ਪਾ ਰਿਹਾ ਆਓ ਸਾਹਮਣੇ ਮਾਜਾ ਨਾਪੀ ਕਹਿੰਦੇ ਲੁਧਿਆਣੇ ਵਾਲਾ ਲਓ ਸਾਹਮਣੇ ਕਮਾਲ ਦੀ ਵਾਲ ਪਰ ਅੰਪਾਇਰ ਦੇ ਖਲ ਦਾ ਇੰਤਜ਼ਾਰ ਹੈ ਜਿਹੜਾ ਇੱਕ ਹੋਣਾ ਹੈ ਲਓ ਸਾਹਮਣੇ ਅਗਲੀ ਵਾਲ ਪਾਉਣ ਦੇ ਲਈ ਬੰਦਾ ਕਹਿੰਦੇ ਫੇਰ ਵਾਪਸ ਆ ਗਿਆ ਸੋਹਣੀ ਵਾਲ ਸੋਹਣਾ ਸ਼ਾਟ ਕੋਟੜੇ ਵਾਲਾ ਪਾ ਨਿਕਲਦੇ ਭਾਈ ਦਾ ਟਰਾਈ ਕਰਦਾ ਪਰ ਰਣ ਦੇ ਨਾਲ ਸਿੰਗਲ ਵੱਡੇ ਨਿਕਲਦੇ ਜੋੜ ਦਿੱਤਾ ਖੇਡ ਦੇ ਮੈਦਾਨ ਵਿੱਚ ਉਧਰ ਦੀ ਸਰਾਪੀ ਬਾਈ ਇੱਕ ਉਧਰ ਦੇ ਦੋ ਸਕੋਰ ਭੁੱਚੋ ਦੇ ਬਲੇਕੀ ਨੇ ਆਪਣਾ ਕੰਮ ਕਰਤਾ ਹੈ ਭੁੱਚੋ ਦੇ ਬਲੇਕੀ ਨੇ ਆਪਣਾ ਕੰਮ ਕਰਤਾ ਅਗਲਾ ਰਿਮਾਂਡ ਕਹਿੰਦੇ ਕੋਟੜੇ ਵਾਲਾ ਤਿੰਨ ਸਕੋਰਾਂ ਠੀਕ ਹੈ ਸਾਰੀ ਮਾਫੀ ਚਾਹੁੰਦੇ ਹੈ ਇੱਕ ਉਧਰ ਦੇ ਤਿੰਨ ਸਕੋਰ ਇੱਕ ਉਧਰ ਦੇ ਤਿੰਨ ਸੰਦੀਪ ਵੀ ਮਾਰਦਾ ਕਮਾਲ ਕਰ ਦਿੱਤੀ ਹੈ ਰਣ ਜਿਹੜੇ ਚਾਰ ਹੋ ਗਏ ਹੈ ਅਗਲੀ ਵਾਰ ਤੇ ਫੇਰ ਸਾਹਮਣੇ ਬੱਲੇਬਾਜ ਸਾਹਮਣੇ ਕਮਾਲ ਦੀ ਵਾਲ ਕਰ ਦਿੱਤੀ ਮਿਸ ਖੇਡੀ ਗਿਆ ਜਿਹੜਾ ਸਿੰਗਲ ਬੜੇ ਨੇ ਕਹਿੰਦੇ ਜੋੜ ਦਿੱਤਾ ਖੇਡ ਦੇ ਮੈਦਾਨ ਵਿੱਚ ਕਵਰ ਨਹੀਂ ਹੋ ਗਿਆ ਪਤਾ ਨਹੀਂ ਕੀ
ਦੀ ਪਲੈਨਿੰਗ ਇਹਨਾਂ ਦੀ ਅਗਲਾ ਮੈਚ ਨਹੀਂ ਵੀਰੇ ਦੂਜੇ ਰਾਉਂਡ ਦਾ ਲਾਸਟ ਮੈਚ ਦੂਜੇ ਰਾਉਂਡ ਦਾ ਲਾਸਟ ਮੈਚ ਰੂਪਾਵਾਲ ਤੇ ਚੰਦਪੁਰਾ ਫੇਰ ਮੁੜ ਲੀਰ ਨੇ ਟਾਈਆਂ ਸਾਧੂ ਰਹਿੰਦੇ ਜੱਗ ਦੇ ਬਗਾਨੇ ਬਣ ਕੇ ਹੁੰਦੇ ਹੀਰਿਆਂ ਤੋਂ ਵੱਧ ਰਹਿੰਦੇ ਆਨੇ ਬਣ ਕੇ ਅੱਜ ਕਹਿੰਦੇ ਸਾਧੂ ਸੰਤਾਂ ਦੀ ਧਰਤੀ ਹੈ ਜਿੱਥੇ ਕਹਿੰਦੇ ਰੜਕਾਂ ਲੱਗੀਆਂ ਮੇਰੇ ਵੀਰੇ ਅਗਲੀ ਵਾਰ ਪਾਉਣ ਲਈ ਵੱਡਾ ਕਹਿੰਦੇ ਫੇਰ ਵਾਪਸ ਆ ਗਿਆ ਹੈ ਮੈਚ ਵੀ ਤਕੜਾ ਲੁਧਿਆਣੇ ਵਾਲਾ ਕਮਾਲ ਰਣ ਜਿਹੜੇ ਛੇ ਵੱਡਾ ਕਹਿੰਦੇ ਜੁੜ ਗਿਆ ਰਣ ਜਿਹੜੇ ਛੇ ਜੁੜ ਗਿਆ ਰਣ ਤਾਂ ਬਾਈ ਥੋੜੀ ਰਹਿ ਗਈ ਸਾਹਮਣੇ ਜੇ ਧੂਰੀ ਵਾਲਾ ਬੋਲਦਾ ਹੁੰਦਾ ਤੇ ਕਹਿਣਾ ਸੀ ਲੁਧਿਆਣੇ ਵਾਲਾ ਗੁੰਡਾ ਖੇਡਦਾ ਹੈ ਧੂਰੀ ਵਾਲਾ ਬੋਲਦਾ ਹੁੰਦਾ ਤੇ ਕਹਿਣਾ ਸੀ ਲੁਧਿਆਣੇ ਵਾਲਾ ਗੁੰਡਾ ਖੇਡਦਾ ਹੈ ਪਰ ਗੁੰਡਾ ਜਿਵੇਂ ਲੱਗਦਾ ਚੁੱਪ ਕੱਢੀ ਹੁੰਦਾ ਗੁੰਡਾ ਅਗਲਾ ਬੱਲੇਬਾਜ਼ ਜਲਦੀ ਆ ਜੇ ਅਗਲਾ ਬੱਲੇਬਾਜ਼ ਟਾਰਗੇਟ 30 ਦਾ ਵੀਰੇ 15 ਵਾਲਾ 15 ਰਹਿ ਗਏ ਮੇਰੀ ਬੇਨਤੀ ਹੈ ਜਲਦੀ ਆਪਾਂ ਮੈਚ ਸ਼ੁਰੂ ਕਰ ਦਈਏ ਮੇਰੀ ਬੇਨਤੀ ਹੈ ਸਾਹਮਣੇ ਲੁਧਿਆਣੇ ਵਾਲਾ ਕਹਿੰਦੇ ਟੱਡੀ ਹੈ ਮੈਚ ਵੀ ਤਗੜਾ 14 ਦੇ ਵਿੱਚ 15 ਰਹਿ ਗਏ 14 ਬਾਲਾਂ ਵਿੱਚ 15 ਜਿਹੜੀ ਬਾਕੀ ਹੈ ਸਾਹਮਣੇ ਕਮਾਲ ਦੀ ਬਾਲ ਕਰ ਦਿੱਤੀ ਹੈ ਹਰਾ ਜਿਹੜਾ ਸਿੰਗਲ ਮੁੰਡੇ ਨੇ ਕਹਿੰਦੇ ਜੋੜ ਦਿੱਤਾ ਮੇਰੇ ਵੀਰੇ ਸੋਹਣੀ ਬਾਲ ਹਾਂ ਮੈਨੂੰ ਲੱਗਦਾ ਮੁੰਡਾ ਕਮਾਲ ਦੀ ਹਵਾਲਾ ਕਹਿੰਦੇ ਪਾ ਗਿਆ ਇਹ ਸਭ ਤੋਂ ਕਹਿੰਦੇ ਟੋਟਣੇ ਵਾਲਾ ਕਿ ਪੈਂਦੀਆਂ ਨੇ ਬਾਲਾਂ ਚੜ ਚੜ ਕੇ ਦੇਖਦਾ ਜਮਾਨਾ ਸਾਰਾ ਖੜ ਖੜ ਕੇ ਕਿਉਂਕਿ ਖਿਡਾਰੀ ਕਹਿੰਦੇ ਟਾਪ ਦੇ ਪੁੱਜੇ ਹੋਏ ਹੈ ਟਾਪ ਦੀਆਂ ਟੀਮਾਂ ਦੇ ਟਾਪ ਦਾ ਇੱਕ ਆਪ ਹੈ ਮੈਚ ਵੀ ਸਰੇਰ ਹੈ ਜਿਹੜੀ ਚੁੱਪੀਏ ਦੇ ਪੂਲ ਕਲੀਅਰ ਚ ਪੁੱਜਣ ਹੈ ਆਓ ਸਾਹਮਣੇ ਕਮਾਲ ਦੀ ਵਾਲ ਆ ਮੈਨੂੰ ਲੱਗਦਾ ਉਹ ਸਾਰਿਆਂ ਨੂੰ ਲੱਗਦਾ ਕਹਿੰਦੇ ਸਿੰਗਲ ਇਹਦਾ ਵੱਡੇ ਦੇ
ਜੋੜ ਦਿੱਤਾ ਹੈ, ਰੰਗ ਦਾ ਸਿੰਗਲ ਕਰਦਾ ਜੋੜ ਦਿੱਤਾ ਹੈ। ਅਗਲੀ ਵਾਰ ਪਾਉਂਦੇ ਵੱਡਾ ਵੇਖਾਂਗੇ ਫੇਰ। ਧਿਆਨ ਹੈ ਮੇਰੇ ਵੀਰੋ ਕਿ ਦੁਨੀਆ ਦੀ ਗੱਲ ਝੂਠੀ ਹੈ, ਕੋਈ ਕਿਸੇ ਲਈ ਮਰਦਾ ਨਹੀਂ। ਜਾਣ ਦੇਣ ਦਾ ਫੈਸਲਾ ਬੜਾ ਵੱਡਾ, ਕੋਈ ਸੂਈ ਚੁਬੀ ਵੀ ਚੜਦਾ ਨਹੀਂ। ਬੜੀ ਰੱਬ ਲੈ ਜਾਵੇ ਗੱਲ ਵੱਖਰੀ ਹੈ, ਕੋਈ ਆਪੇ ਮੌਤ ਵੱਲ ਪੈਰ ਧਰਦਾ ਨਹੀਂ, ਕੋਈ ਆਪੇ ਮੌਤ ਵੱਲ ਪੈਰ ਧਰਦਾ ਨਹੀਂ। ਆਓ ਸਾਹਮਣੇ ਕਮਾਲ ਦੀ ਹਵਾਲਾ ਕਦੇ ਪਾਇਆ ਬੰਦਾ ਉਮਰ ਵੀ ਸਾਪੀ ਸਤਾਰਾਂ ਤੇਰਾਂ ਰਹਿ ਗਏ, ਦਸ ਵਾਲਾ ਤੇਰਾਂ ਸਤਾਰਾਂ ਸੋਰੀ ਦਸ ਹੈ ਤੇਰਾਂ ਰਹਿ ਗਏ, ਦਸ ਚ ਤੇਰਾਂ ਹੁਣ ਤਾਂ ਪਾਉਣਾ ਬੂਮਾਨ ਨੂੰ ਮੈਚ ਬਣ ਗਿਆ। ਬੜੀ ਸਿੰਧੀ ਦਾ ਓਵਰ ਪਿਆ ਸੱਚ, ਸਿੰਧੀ ਓਵਰ ਲਾ ਗਿਆ ਕਰੇਂਦਿਆਂ ਨੇ, ਸਿੰਧੀ ਹਜੇ ਦੂਜੀ ਪਾ ਕੇ ਗਿਆ ਬਾਈ। ਦਸ ਵਾਲਾਂ 'ਚ ਤੇਰਾਂ ਰਨ ਰਹਿ ਗਏ ਬਾਕੀ, ਆਏ ਨਹੀਂ ਹਟਦੇ ਜੇ ਤੇਰੀ ਬੈਟਿੰਗ ਆਉਂਦੀ ਹੁੰਦੀ। ਮੈਚ ਕਹਿੰਦੇ ਤਗੜਾ ਤੇ ਸੁਵਿਧਾ ਲੈ ਪਰ ਰੂਪਾ ਹੀ ਨਿਕਲਦਾ ਉਹਦਾ ਭਰਾ ਨਾਲ ਦਾ ਸੁਮਨੋਖਾ ਵਾਲਾ ਜ਼ਿੰਦਗੀ ਦਾ ਪਰ ਦਿੱਤਾ ਯੋਧਾ ਲੰਗ ਕਪਲ ਧੂਰੀ ਸੋਨੂੰ ਸਤੌਜ ਆਪਣ ਦੁੱਲੇ ਵਾਲੇ ਸਤਿਕਾਰ ਜੋ ਵੀਰ ਆਪਾਂ ਸਾਰੀ ਭਰਾਵਾਂ ਦਾ ਵੱਡਾ ਧੰਨਵਾਦ ਉੱਥੇ ਬੋਲੇ ਕਰਵਾਈ ਸੀਗੀ ਬੜਾ ਹੁਣ ਬੋਲਰ ਖੱਬਾ ਹੈ ਖੱਬਾ ਹੈ ਹਾਂ ਪਟਕ ਕੇ ਮਾਰੂਗੇ ਖੇਡਣਗੇ ਸੱਤ ਰਹਿ ਗਏ ਨੌਵਾਂ ਚੋਂ ਸੱਤ ਰਹਿ ਗਏ। ਕੋਟੜੀ ਵਾਲਾ ਮੈਨੂੰ ਲੱਗਦਾ ਕਿ ਨਾਲ ਮੈਨੂੰ ਛੱਠੂ ਪਹਿਲੀ ਗੱਲ ਕਰਦਾ, ਪਰ ਛੱਕਾ ਕਹਿੰਦੇ ਪਹਿਲੀ ਦੇ ਵੱਜ ਗਿਆ, ਨਵਾਂ ਜੋ ਸੱਤ ਰਹਿ ਗਏ। ਅਗਲੇ ਮੈਚ ਦੀਆਂ ਟੀਮਾਂ ਵੀ ਤਿਆਰੀ ਕਰ ਲੈਣ, ਲਓ ਸਾਹਮਣੇ ਕਮਾਲ ਦੀ ਬਾਜੜੀ ਕਰ ਦਿੱਤੀ ਹੈ ਇੱਕ ਤੋਂ ਦੂਜੇ ਦੀ ਟਾਈ ਪਰ ਰਨ ਜਿਹੜਾ ਸਿੰਗਲ, ਰਨ ਛੇ ਬਾਕੀ ਹੈ, ਰਨ ਛੇ ਬਾਕੀ ਹੈ। ਸਾਹਮਣੇ ਅਗਲੀ ਵਾਰ ਪਾਉਣ ਦੇ ਲਈ ਬੰਦਾ ਕਹਿੰਦੇ ਫੇਰ ਸਾਡਾ ਮੈਚ ਕਹਿੰਦੇ ਤਗੜਾ ਅੱਠਾਂ ਵਾਲਾਂ ਦੇ ਵਿੱਚ ਛੇ ਬਾਕੀ ਅੱਠਾਂ ਵਾਲਾਂ ਦੇ ਵਿੱਚ ਛੇ ਲਓ ਸਾਹਮਣੇ ਕਮਾਲ ਦੀ ਬਾਜੜੀ ਦਾ ਭੱਜ 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 ਹਰਾ ਨਿਕਲਦੇ ਸਿੰਗਲ ਸੱਤ ਵਾਲਾ ਚ ਪੰਜ ਬਾਈ ਦ
ਆਈਆਂ ਕੋਚਾਂ ਦੀਆਂ ਬਾਰਾਂ ਖਾਂਦੀਆਂ ਲਓ ਸਾਹਮਣੇ ਮੈਨੂੰ ਲੱਗਦਾ ਲਓ ਸਾਹਮਣੇ ਮੈਨੂੰ ਲੱਗਦਾ ਚਾਰ ਹੈਗੇ ਹੁਣ ਚਾਰ ਹੈਗੇ ਹੁਣ ਚਾਰ ਹੈਗੇ ਹੁਣ ਚਾਰ ਹੈਗੇ ਇੱਕ ਓਵਰ ਚਾਰ ਵੀਰੇ ਬਾਲਾਂ ਪੰਜ ਰਨ ਚਾਰ ਪੰਜ ਬਾਲਾਂ ਦਾ ਓਵਰ ਹੈ ਇੱਕ ਪਹੀਏ ਵਾਲੇ ਜੇ ਕਿਤੇ ਲਾਸਟ ਓਵਰ ਤੱਕ ਮੈਚ ਚੱਲੇਗਾ ਫਿਰ ਮਾਣ ਆਪ ਓਵਰ ਪਊਗੀ ਗੱਲ ਪੱਕੀ ਹੈ ਉਹਨੂੰ ਪਤਾ ਬਾਟਾ ਦੂਰ ਦੀ ਉਹਨੂੰ ਪਤਾ ਬਾਟਾ ਦੂਰ ਦੀ ਹੈ ਫਿਰ ਮੈਨੂੰ ਲੱਗਦਾ ਮਾਂ ਨੇ ਆਪ ਓਵਰ ਪਾਉਣਾ ਫਿਰ ਮੈਨੂੰ ਲੱਗਦਾ ਬਾਈ ਮੋਨੂੰ ਨਹੀਂ ਪਾ ਸਕਦਾ ਬਲੈਕ ਹੀ ਪਾ ਗਿਆ ਓਵਰ ਬਾਰਾਂ ਇੱਕੋ ਹੀ ਪਾ ਸਕਦਾ ਨੰਬਰਦਾਰ ਆ ਗਿਆ ਨੰਬਰਦਾਰ ਆਪ ਆ ਗਿਆ ਕਹਿੰਦਾ ਮੈਨੂੰ ਛੱਡੋ ਮੈਂ ਲਾਉਣਾ ਬਰੜ ਇਹ
लाओ सामने पांच बाला जो तीन रह गई कोटने को मैच के लिए तकड़ा खेडा जा रहा है। पांच बाला के बिच तीन कौन जितू कौन हारू कहना सौखा लाओ सामने कोई कहना हम सुना लगू तो कोई कहना एक हो पर रब जानता जितू कौन रब जानता है पूरा सफल होने की कवार दी गल पक्की है। नंबरदार कहते टोटले बाल पांच बाला चो तीन रह गए मेरे वीर लाओ सामने बाल पंप भी ला गया खेल के घर पहली बाल वाइड एक पाकिस्तानी क्लिप देखी सी एक बार छे रहते पचहत्तर ने सारिया वाइड ही सुनती है एक बार छे रहते पचहत्तर ने सारिया भावना ही वाइड ही सुनती है हम इधर पंजा चो तीन रेंदे ने दो रह गए पंजा चो दो पाकिस्तान वाले इंडिया वाले पाकिस्तान की अभी देर पाकिस्तान की इंडिया वाले जितनी गल लाओ सामने बाल फेर लाओ किला पट के रख दिता मुंडे ने किला पट के रख दिता है चारा चुक रह गया चारा चुक चारा चुक नो है भाई की चक्कर है सात छे थी गए उनका मुड़िया छे ही सी गए हरी कहता है शक्का मार के मुंडा चौदह पांच सौ से पांच सौ बस सोलह सौ फिर कर रहा है हसनपुर की टीम का।